ਜਦੋਂ ਦੋ ਇਨਸਾਨ ਜੁੜਦੇ ਹੈ ਤਾਂ ਰਿਜ਼ਲਟ ਕੀ ਆਉਂਦਾ ਹੈ ਸਾਰਿਆਂ ਨੂੰ ਪਤਾ, ਪਰ ਜਦੋਂ ਦੋ ਮੈਟ੍ਰਿਸਿਸ ਦਾ ਜੋੜ ਕਰਦੇ ਹਾਂ ਤਾਂ ਕੀ ਰਿਜ਼ਲਟ ਆਉਂਦਾ? ਆਓ ਦੇਖੀਏ। ਐਕਸਰਸਾਈਜ਼ 3.2 ਕਰਨੀ। ਕੱਲ ਆਪਾਂ ਮੈਟ੍ਰਿਸਿਸ ਦਾ ਕੀ ਕੀਤਾ ਸੀ, ਬੇਸਿਕ ਮੀਨਿੰਗ ਟਾਈਪਸ ਕੀਤੀਆਂ ਸੀ, ਅਤੇ ਆਪਾਂ ਦੂਜੀ ਗੱਲ ਕੀਤੀ ਸੀ ਟਾਈਪ ਦੇ ਇਲਾਵਾ ਕਿ ਐਕਸ ਵਾਈ ਜ਼ੈਡ ਜੇ ਦੋ ਮੈਟ੍ਰਿਸਿਸ ਇਕੁਅਲ ਹੋਣ ਤਾਂ ਆਪਾਂ ਵੈਲਿਊ ਵੇਰੀਏਬਲਸ ਦੀ ਕਿਵੇਂ ਕੱਢਣੀ, ਆਹ ਤਿੰਨ ਟੋਪਿਕਸ ਕੀਤੇ ਸੀ। ਅੱਜ ਆਪਾਂ ਐਕਸਰਸਾਈਜ਼ 3.2 ਕਰਨੀ ਹੈ, ਉਹਦੇ 'ਚ ਆਪਾਂ ਜਿਹੜੀ ਮੈਂ ਗੱਲ ਕਰ ਗਈ ਸੀ ਤਿੰਨ ਚੀਜ਼ਾਂ ਕਵਰ ਕਰਨੀਆਂ, ਮੈਟ੍ਰਿਸਿਸ ਦੀ ਪਲੱਸ, ਦੋ ਮੈਟ੍ਰਿਸਿਸ ਨੂੰ ਜੋੜੀਦਾ ਕਿਵੇਂ ਹੈ, ਦੋ ਮੈਟ੍ਰਿਸਿਸ ਨੂੰ ਮਾਈਨਸ ਕਿਵੇਂ ਕਰਨਾ ਹੈ, ਤੀਜੀ ਗੱਲ ਅਤੇ ਮੋਸਟ ਇੰਪੋਰਟੈਂਟ ਦੋ ਮੈਟ੍ਰਿਸਿਸ ਨੂੰ ਮਲਟੀਪਲਾਈ ਕਰਨਾ। ਜੋੜਨਾ, ਐਡ ਅਤੇ ਮਾਈਨਸ ਕਰਨਾ ਤਾਂ ਬਹੁਤ ਹੀ ਸੌਖਾ, ਪਰ ਜਦੋਂ ਗੱਲ ਮਲਟੀਪਲਾਈ ਦੀ ਆਉਂਦੀ ਹੈ ਉਦੋਂ ਥੋੜ੍ਹਾ ਜਿਹਾ ਕਨਫਿਊਜ਼ਿੰਗ ਹੋ ਜਾਂਦਾ, ਆਪਾਂ ਉਹਨੂੰ ਧਿਆਨ ਨਾਲ ਸਮਝਣਾ। ਜੇ ਇੱਕ ਵਾਰ ਤੁਹਾਨੂੰ ਤਰੀਕਾ ਆ ਗਿਆ ਫਿਰ ਬਹੁਤ ਹੀ ਸੌਖਾ, ਅਤੇ ਫ੍ਰੀ ਦੇ ਨੰਬਰ, ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਹੈਗਾ ਐਡੀਸ਼ਨ ਆਫ ਮੈਟ੍ਰਿਸਿਸ, ਦੋ ਮੈਟ੍ਰਿਸਿਸ ਨੂੰ ਕਦੋਂ ਜੋੜੂਗਾ, ਜਦੋਂ ਸ਼ਰਤ ਪੂਰੀ ਹੋਊਗੀ। ਸ਼ਰਤ ਕੀ ਹੈ? ਦੋ ਮੈਟ੍ਰਿਸਿਸ ਦਾ ਜੋੜ ਕਦੋਂ ਹੋਊਗਾ, ਜਦੋਂ ਇੱਕ ਸ਼ਰਤ ਪੂਰੀ ਹੋਣੀ ਚਾਹੀਦੀ, ਇੱਕੋ ਹੀ ਸ਼ਰਤ। ਸ਼ਰਤ ਕੀ ਹੈ? ਦੋਵਾਂ ਦਾ ਆਰਡਰ ਸੇਮ ਹੋਣਾ ਚਾਹੀਦਾ। ਜੇ ਪਹਿਲਾ ਮੈਟ੍ਰਿਸਿਸ 2x2 ਹੈ ਤਾਂ ਦੂਜਾ ਵੀ 2x2 ਦਾ ਹੀ ਹੋਣਾ ਚਾਹੀਦਾ। ਉਹੀ ਦੋ ਮੈਟ੍ਰਿਸਿਸ ਜੋੜ ਸਕਦੇ ਹਾਂ ਜਿਨ੍ਹਾਂ ਦਾ ਆਰਡਰ ਸੇਮ ਹੋਊਗਾ, ਜਾਂ ਐਂ ਕਹਿ ਲਓ ਜਿਨ੍ਹਾਂ ਦੀ ਨੰਬਰ ਰੋਜ਼ ਅਤੇ ਕੋਲਮਸ ਕੀ ਹੋਣਗੇ, ਸੇਮ ਨੇ। ਜੇ ਇੱਕ ਮੈਟ੍ਰਿਸ 2x2 ਦਾ ਮਤਲਬ ਦੋ ਰੋਜ਼ ਹੈ, ਦੋ ਕੋਲਮਸ, ਤਾਂ ਦੂਜਾ ਮੈਟ੍ਰਿਸ ਵੀ ਦੋ ਰੋਜ਼ ਦੋ ਕੋਲਮ ਹੋਊਗਾ ਤਾਂ ਹੀ ਜੋੜ ਸਕਦਾ। ਸਮਝ ਲੱਗ ਗਈ? ਪਹਿਲੀ ਸ਼ਰਤ, ਇਕਲੌਤੀ ਸ਼ਰਤ ਪਤਾ ਚੱਲ ਗਈ। ਹੁਣ ਜੋੜਨਾ ਕਿਵੇਂ ਹੈ ਉਹ ਵੀ ਬਹੁਤ ਸੌਖਾ। ਪਹਿਲੀ ਨੂੰ ਪਹਿਲੀ 'ਚ, ਦੂਜੀ ਨੂੰ ਦੂਜੀ 'ਚ, ਤੀਜੀ ਨੂੰ ਤੀਜੀ, ਚੌਥੀ ਨੂੰ ਚੌਥੀ। ਇੱਕ 'ਤੇ 3 4, 2 'ਤੇ 4 6, 3 'ਤੇ 5 8, 4 'ਤੇ 6। ਅਤੇ ਜਵਾਬ ਇਹ ਕਿੰਨੇ ਬਾਏ ਕਿੰਨੇ ਦਾ ਆ ਗਿਆ? ਰਿਜ਼ਲਟ ਵੀ ਜਿਹੜਾ ਹੋਊਗਾ ਜੋੜ ਕੇ ਉਹੀ ਸੇਮ ਆਰਡਰ ਦਾ ਹੋਊਗਾ। ਸਮਝ ਲੱਗ ਗਈ? ਪੱਕੀ ਗੱਲ ਹੈ। ਹੁਣ ਐਡੀਸ਼ਨ ਮੈਟ੍ਰਿਸਿਸ ਦੀਆਂ ਆਪਾਂ ਕੁਝ ਪ੍ਰੋਪਰਟੀਜ਼ ਕਰਨੀਆਂ। ਕੀ ਪ੍ਰੋਪਰਟੀਜ਼ ਹੈ ਧਿਆਨ ਨਾਲ ਮੈਡਮ ਜੀ? ਪ੍ਰੋਪਰਟੀਜ਼ ਆਫ ਐਡੀਸ਼ਨ ਆਫ ਮੈਟ੍ਰਿਸਿਸ, ਤਿੰਨ ਜਾਂ ਚਾਰ ਪ੍ਰੋਪਰਟੀਜ਼ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ ਜੀ। ਧਿਆਨ ਨਾਲ ਦੇਖਿਓ, ਇਹ ਜਿਹੜੀਆਂ ਚਾਰ ਪ੍ਰੋਪਰਟੀਜ਼ ਕਰਵਾਉਂਦੀ ਤੁਹਾਨੂੰ ਪਤਾ ਹੈ, ਬਸ ਤੁਹਾਨੂੰ ਨਾਮ ਨਹੀਂ ਪਤਾ ਕਿ ਇਹਨੂੰ ਆਹ ਨਾਮ ਕਹਿੰਦੇ। ਆਪਾਂ ਆਮ ਜ਼ਿੰਦਗੀ 'ਚ ਵਾਰ ਵਾਰ ਉਹ ਚੀਜ਼ਾਂ ਵਰਤਦੇ। ਕੋਮਿਊਟੇਟਿਵ ਪ੍ਰੋਪਰਟੀ, ਐਸੋਸ਼ੀਏਟਿਵ ਪ੍ਰੋਪਰਟੀ, ਤੀਜੀ ਹੈਗੀ ਹੈ ਐਗਜ਼ਿਸਟੈਂਸ ਆਫ ਆਈਡੈਂਟੀਟੀ, ਚੌਥੀ ਹੈਗੀ ਹੈ ਐਗਜ਼ਿਸਟੈਂਸ ਆਫ ਇਨਵਰਸ। ਚਾਰ ਦੇ ਨਾਮ, ਠੀਕ ਹੈ। ਹੁਣ ਆਪਾਂ ਚਾਰਾਂ ਨੂੰ ਇੱਕ ਵਾਰ ਸਮਝ ਲੈਂਦੇ ਹਾਂ। ਕਿਉਂ ਸਮਝਣੇ ਹੈ? ਤਾਂ ਕਿ ਜਦੋਂ ਆਪਾਂ ਕੁਐਸਚਨ ਕਰਾਂਗੇ, ਸਿੱਧਾ ਕੁਐਸਚਨ ਇੱਦਾਂ ਦਾ ਕੋਈ ਨਹੀਂ ਆਉਂਦਾ, ਪਰ ਜਦੋਂ ਆਪਾਂ ਕੁਐਸਚਨ ਕਰਦੇ ਨਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਚੀਜ਼ ਦਾ ਕੀ ਮਤਲਬ, ਕੀ ਨਾਮ ਕਹਿੰਦੇ ਹਾਂ। ਪਹਿਲੀ ਹੈਗੀ ਕੋਮਿਊਟੇਟ,
ਪ੍ਰੋਪਰਟੀ। ਇੱਕ ਗੱਲ ਦੱਸੋ, ਜਿਵੇਂ ਤੁਸੀਂ ਦੋ ਬੱਚੇ ਬੈਠੇ ਹੋ, ਜੇ ਮੈਂ ਦੋਵਾਂ ਦੀ ਸੀਟ ਚੇਂਜ ਕਰਦਾ, ਇਹਨੂੰ ਇਹਦੀ ਜਗ੍ਹਾ ਬਿਠਾ ਦਾ, ਪਹਿਲੇ ਬੱਚੇ ਨੂੰ ਦੂਜੇ ਬੱਚੇ ਪਹਿਲੀ ਜਗ੍ਹਾ ਬਿਠਾ ਦਾ, ਕੋਈ ਫਰਕ ਪਊਗਾ? ਪਊਗਾ, ਪਊਗਾ, ਨਹੀਂ ਪਊਗਾ ਨਾ। ਉਹੀ ਕੋਮਿਊਟੇਟਿਵ ਪ੍ਰੋਪਰਟੀ, ਦੋ ਚੀਜ਼ਾਂ ਸਿੰਪਲ ਨੰਬਰਾਂ ਦੇ ਰੂਪ ਵਿੱਚ ਦੱਸਦੀਆਂ। ਮੰਨ ਲਓ ਆਹ ਨੰਬਰ ਹੈ 3 + 5, ਜਦੋਂ ਪਹਿਲੇ ਨੰਬਰ 'ਤੇ 3 ਲਿਖਿਆ, ਦੂਜੇ ਨੰਬਰ 'ਤੇ ਜੋੜ ਕੀਤਾ ਕਿੰਨਾ ਆ? 8। ਜੇ ਮੈਂ ਜਗ੍ਹਾ ਬਦਲਦਾ, 5 ਨੂੰ ਪਹਿਲੇ ਦੇ 3 ਨੂੰ ਜਵਾਬ, ਫਿਰ ਵੀ ਕਿੰਨਾ ਆ? 8। ਇਹ ਸਿੰਪਲ ਨੰਬਰਾਂ 'ਚ ਆਪਾਂ ਕੀਤਾ ਅੱਗੇ ਪਿੱਛੇ। ਕੰਮਿਊਟੇਟਿਵ ਦਾ ਮਤਲਬ ਹੁੰਦਾ ਹੈ ਦੋ ਰਕਮਾਂ ਦੀ ਗੱਲ ਹੈ ਅਤੇ ਦੋਵਾਂ ਦੀ ਅੱਗੇ ਪਿੱਛੇ ਜਗ੍ਹਾ ਬਦਲ ਕੇ ਜੇ ਜਵਾਬ ਸੇਮ ਆਉਂਦਾ ਤਾਂ ਆਪਾਂ ਕਹਿੰਦੇ ਕਿ ਕੰਮਿਊਟੇਟਿਵ ਪ੍ਰੋਪਰਟੀ ਹੋਲਡ ਕਰਦੀ ਹੈ। ਜੇ ਜਵਾਬ ਸੇਮ ਨਹੀਂ ਆਉਂਦਾ ਤਾਂ ਕੰਮਿਊਟੇਟਿਵ ਪ੍ਰੋਪਰਟੀ ਹੋਲਡ ਨਹੀਂ। ਹੁਣ ਮੈਟ੍ਰਿਸਿਸ 'ਚ ਆਪਾਂ ਗੱਲ ਕਰਨੀ ਹੈ। ਮੈਟ੍ਰਿਸਿਸ 'ਚ ਦੇਖੋ, ਸੌਖੀ ਜੀ ਆਪਾਂ ਇੱਕ ਵਾਰ ਐਗਜ਼ਾਮਪਲ ਲੈ ਲੈਂਦੇ ਹਾਂ। ਇਹਨਾਂ ਦਾ ਜੋੜ ਦੇ 1, 5, 6, 8, 10, 12 ਆ ਗਿਆ। ਹੁਣ ਜੇ ਮੈਂ ਇਹਨੂੰ ਪਹਿਲੇ ਨੰਬਰ 'ਤੇ ਲਿਖਿਆ, ਇਹਨੂੰ ਦੂਜੇ ਨੰਬਰ 5, 6, 7, 8 + 1, 2, 3, 4 ਦੱਸੋ ਜੋੜ ਕਿੰਨਾ ਆਇਆ? 6, 8, 10 ਅਤੇ 12 ਜਵਾਬ ਸੇਮ ਹੈ। ਤਾਂ ਆਪਾਂ ਕਹਿੰਦੇ ਕਿ ਇੱਥੇ ਕੰਪੀਟੀਟਿਵ ਪ੍ਰੋਪਰਟੀ ਅੰਡਰ ਐਡੀਸ਼ਨ ਜੋੜ ਦੇ ਰੂਪ ਵਿੱਚ ਕਮਿਊਨਿਟੀ ਪ੍ਰੋਪਰਟੀ ਲੱਗਦੀ ਹੈ। ਕੀ ਹੈ? ਲੱਗਦੀ। ਅੱਛਾ, ਜੇ ਮੈਂ ਕਹਾਂ ਮਾਈਨਸ 'ਚ, ਮੈਨੂੰ ਦੱਸੋ ਲੱਗਦੀ ਹੈ? ਨਹੀਂ ਨਹੀਂ, ਕਿਉਂਕਿ 3 - 5 ਦਾ ਜਵਾਬ ਕਿੰਨਾ ਹੁੰਦਾ ਹੈ? -2। 5 - 3 ਦਾ ਜਵਾਬ 2। ਯਾਨੀ ਕਿ ਇਹੀ ਪ੍ਰੋਪਰਟੀ ਮਾਈਨਸ ਨੰਬਰਾਂ ਦੇ ਅੰਡਰ ਤਾਂ ਇਸਦਾ ਮਤਲਬ ਮੈਟ੍ਰਿਸਿਸ 'ਚ ਵੀ ਨਹੀਂ ਲੱਗੇ, ਕਿਉਂਕਿ ਫਰਕ ਕਾਹਦਾ ਪੈ ਜਾਣਾ? ਸਮਝ ਲੱਗ ਗਈ? ਉਹਨਾਂ 'ਚ ਆਪਾਂ ਅੱਗੇ ਕਰਾਂਗੇ। ਸਮਝ ਲੱਗ ਗਈ? ਇਹ ਅੰਡਰ ਐਡੀਸ਼ਨ ਕਰਦੇ ਪਏ। ਅੱਗੇ ਐਸੋਸ਼ੀਏਟਿਵ। ਕੋਮਿਊਟੇਟਿਵ ਦੋ ਚੀਜ਼ਾਂ ਨੇ, ਐਸੋਸ਼ੀਏਟਿਵ 3 ਚੀਜ਼ਾਂ ਨੇ। A+B+C, ABC ਕੀ ਹੈ? 3 ਮੈਟ੍ਰਿਸਿਸ ਆ। ਮੰਨ ਲਓ ਏ ਮੈਟ੍ਰਿਕਸ ਇਹਨੂੰ ਕਹਿੰਦਾ ਅਤੇ ਇਹਦਾ ਨਾਮ ਕੀ ਕਹਿੰਦਾ? ਬੀ। ਇੰਨਾ ਵੱਡਾ ਬਾਰ ਬਾਰ ਲਿਖਣ ਦੀ ਬਜਾਏ ਮੈਂ ਇਸ ਮੈਟ੍ਰਿਕਸ ਦਾ ਨਾਮ ਕੀ ਦਿੱਤਾ? A। ਇਸ ਮੈਟ੍ਰਿਕਸ ਦਾ ਨਾਮ ਕੀ ਦਿੱਤਾ? B। ਅਤੇ ਐਵੇਂ ਇਸ ਮੈਟ੍ਰਿਕਸ ਦਾ ਨਾਮ ਮੰਨ ਮੈਂ ਦਿੱਤਾ C। ਤਾਂ ਕਹਿੰਦਾ ਚਾਹੇ ਪਹਿਲਾਂ ਪਹਿਲੇ ਦੋ ਮੈਟ੍ਰਿਕਸ ਜੋੜ ਲਓ, ਤੀਜਾ ਬਾਅਦ 'ਚ ਜੋੜ ਲਓ, ਚਾਹੇ ਪਹਿਲਾਂ ਪਿਛਲੇ ਦੋ ਜੋੜ ਲਓ, ਪਹਿਲਾਂ ਬਾਅਦ 'ਚ ਜੋੜ ਲਓ, ਜਵਾਬ ਕੀ ਆਊਗਾ? ਬਰੈਕਿਟ ਪਾਈ ਹੈ। ਬਰੈਕਿਟ ਦਾ ਮਤਲਬ ਹੁੰਦਾ ਆਪਾਂ ਬੋਰਡ ਮਾਸ ਕੀਤਾ, ਬੋਰਡ ਮਾਸ 'ਚ ਦੱਸਦੇ ਕਿ ਬਰੈਕਿਟ ਨੂੰ ਹਮੇਸ਼ਾ ਪਹਿਲਾਂ ਹੱਲ। ਸਮਝ ਲੱਗ ਗਈ ਪੱਕੀ ਗੱਲ? ਹੁਣ ਆ ਗਈ ਐਗਜ਼ਿਸਟੈਂਸ ਆਫ ਆਈਡੈਂਟੀਟੀ। ਮਤਲਬ ਇੱਦਾਂ ਦਾ ਨੰਬਰ ਜਿਹਨੂੰ ਜਿੰਦੇ ਵਿੱਚ ਵੀ ਜੋੜਿਆ ਜਾਵੇ, ਜਵਾਬ ਉਹ ਜਿਹੜਾ ਨੰਬਰ ਜੋੜਿਆ ਉਹ ਆ ਮੰਨ। ਐਗਜ਼ਿਸਟੈਂਸ ਆਫ ਆਈਡੈਂਟੀਟੀ ਦਾ ਮਤਲਬ ਹੈ ਕਿ ਹੁਣ ਦੋ ਨੰਬਰ ਲਿੱਤਾ ਮੰਨ, ਉਹਦੇ 'ਚ ਮੈਂ ਕੀ ਨੰਬਰ ਜੋੜਾਂਗੀ? ਜਵਾਬ ਆ ਨੰਬਰ ਹੀ ਆ ਜ਼ੀਰੋ। ਤਾਂ ਯਾਨੀ ਕਿ ਨੰਬਰਾਂ ਦੀ ਜਿਹੜੀ ਆਮ 1, 2, 3, 4 ਨੰਬਰ ਆ, ਉਹਨਾਂ ਦੀ ਆਈਡੈਂਟੀਟੀ ਕਿਹੜੀ ਹੈ? ਜ਼ੀਰੋ। ਕਿਉਂਕਿ ਜੇ 1 ਲੱਖ ਰੁਪਇਆ, 1 ਲੱਖ 'ਚ 0 ਜੋੜੂੰਗੀ, ਜਵਾਬ 1 ਲੱਖ ਹੀ ਆਊਗਾ। ਤਾਂ ਇਸਦਾ ਮਤਲਬ ਨੰਬਰਾਂ ਦੀ ਆਈਡੈਂਟੀਟੀ ਕੀ ਹੈ? ਜ਼ੀਰੋ। ਆਈਡੈਂਟੀਟੀ ਸ਼ਬਦ
ਸ਼ਬਦ ਦਾ ਮਤਲਬ ਹੁੰਦਾ ਕਿ ਇਹਦਾ ਆਪਦਾ ਕੋਈ ਵਜੂਦ ਨਹੀਂ। ਜਿਹੜਾ ਨੰਬਰ ਦਿੱਤਾ ਉਹਦੇ 'ਚ ਜਦੋਂ ਜੋੜਾਂਗੇ ਜਵਾਬ ਉਹ ਨੰਬਰ ਹੀ ਆਊ। ਹੁਣ ਮੈਟ੍ਰਿਸਿਸ 'ਚ ਆਪਾਂ ਗੱਲ ਕਰਦੇ ਪਏ ਹਾਂ, ਮੈਟ੍ਰਿਸਿਸ 'ਚ ਆਈਡੈਂਟੀ ਕਿਹੜੀ ਹੈ? ਨਾਲ ਮੈਟ੍ਰਿਕਸ, ਮੈਟ੍ਰਿਸਿਸ 'ਚ ਆਈਡੈਂਟੀ ਮੈਟ੍ਰਿਕਸ ਕਿਹੜੀ ਹੋਊਗੀ, ਆਈਡੈਂਟੀ ਕਿਹੜੀ ਹੋਊਗੀ? ਨਾਲ ਮੈਟ੍ਰਿਕਸ, ਜੀਰੋ ਮੈਟ੍ਰਿਕਸ, ਕਿਉਂਕਿ ਜਦੋਂ ਆਪਾਂ ਜੀਰੋ ਜੀਰੋ 'ਚ ਨੰਬਰ ਜੋੜਾਂਗੇ ਆਪਦਾ ਮੈਟ੍ਰਿਕਸ ਜਿਹੜਾ ਜੋੜੇ ਉਹੀ ਆਊਗਾ। ਤਾਂ ਇਸਦਾ ਮਤਲਬ ਮੈਟ੍ਰਿਸਿਸ ਦੀ ਆਈਡੈਂਟੀ ਕਿਹੜੀ ਹੋਊਗੀ? ਨਾਲ ਮੈਟ੍ਰਿਕਸ, ਜੀਰੋ। ਚੌਥਾ ਤੇ ਆਖਰੀ ਐਗਜ਼ਿਸਟੈਂਸ ਆਫ ਇਨਵਰਸ, ਉਹ ਕਹਿੰਦਾ ਕਹਿੰਦਾ ਇੱਕ ਨੰਬਰ ਕਿਹੜਾ ਨੰਬਰ ਘਟਾਇਆ ਜਾਵੇ, ਮਤਲਬ ਉਹਦਾ ਇਨਵਰਸ ਕੀਤਾ ਜਾਵੇ ਕਿ ਜਵਾਬ ਆਈਡੈਂਟੀ ਆਵੇ। ਜਿਵੇਂ ਨੰਬਰਾਂ ਦਾ ਆਈਡੈਂਟੀ ਕਿੰਨੀ ਹੈ? ਜੀਰੋ। ਤਾਂ ਦੋ ਵਿੱਚ ਕੀ ਕਰੀਏ ਕਿ ਜਵਾਬ ਜੀਰੋ ਆਵੇ? ਮਾਈਨਸ ਦੋ ਕਰਾਂਗੇ, ਹੈ ਨਾ? ਦੋ 'ਚੋਂ ਦੋ ਘਟਾਵਾਂਗੇ ਤਾਂ ਹੀ ਜਵਾਬ ਜੀਰੋ ਆਊਗਾ। ਜੀਰੋ ਕਿਉਂ ਚਾਹੀਦਾ? ਕਿਉਂਕਿ ਨੰਬਰਾਂ ਦੀ ਆਈਡੈਂਟੀ ਕੀ ਹੈ? ਜੀਰੋ। ਹੁਣ ਆਪਣੇ ਮੈਟ੍ਰਿਸਿਸ 'ਚ ਆਈਡੈਂਟੀ ਕੀ ਹੈ? ਜੀਰੋ ਮੈਟ੍ਰਿਕਸ। ਤਾਂ ਕਹਿੰਦਾ ਕੋਈ ਵੀ ਮੈਟ੍ਰਿਕਸ ਲੈ ਲਓ, ਮੰਨ ਲਓ ਆਹ ਮੈਟ੍ਰਿਕਸ ਲਿਖੀ ਏ, ਤਾਂ ਇਹ ਮੈਟ੍ਰਿਕਸ 'ਚ ਕਿਹੜਾ ਇੱਦਾਂ ਦਾ ਮੈਟ੍ਰਿਕਸ ਜੋੜੀਏ ਕਿ ਜਵਾਬ ਆਪਣੇ ਕੋਲ ਜੀਰੋ ਮੈਟ੍ਰਿਕਸ ਆਵੇ? ਉਹ ਇਹਦਾ ਪੁੱਠਾ ਹੀ ਹੋਊਗਾ। ਜੇ ਮੰਨ ਲਓ ਇੱਕ ਦੋ ਤਿੰਨ ਚਾਰ ਹੈ ਤਾਂ ਫਿਰ ਇਹਦਾ ਇਨਵਰਸ ਆਪਣੇ ਕੋਲ ਕਿਹੜਾ ਆਊਗਾ? ਮਾਈਨਸ ਵਨ, ਮਾਈਨਸ ਟੂ, ਮਾਈਨਸ ਥ੍ਰੀ ਅਤੇ ਮਾਈਨਸ, ਇਹੀ ਆਊਗਾ। ਲਿਖਿਆ ਕਿਵੇਂ ਜਾਂਦਾ ਇਨਵਰਸ ਨੂੰ? ਏ ਦੇ ਉੱਪਰ ਮਾਈਨਸ, ਡੈਫੀਨੇਸ਼ਨ 'ਚ ਕੀ ਕਹਿੰਦੇ ਹੈ? ਇੱਥੇ ਵੀ ਐਵੇਂ ਮਾਈਨਸ, ਮਾਈਨਸ ਹੀ ਲਿਖ, ਕਿਉਂਕਿ ਆਪਾਂ ਏ ਮੈਟ੍ਰਿਕਸ ਦੇ ਅੱਗੇ ਕੀ ਬਦਲੇ ਆ? ਨਿਸ਼ਾਨ ਲਾਇਆ ਮਾਈਨਸ। ਸਮਝ ਲੱਗ ਗਈ? ਚਾਰ ਪ੍ਰੋਪਰਟੀਜ਼ ਪਤਾ ਚੱਲ ਗਈਆਂ ਆਪਾਂ ਅੱਜ ਮੈਟ੍ਰਿਸਿਸ ਦੀ ਐਡੀਸ਼ਨ ਕੀਤੀ ਹੈ। ਚਾਰ ਪ੍ਰੋਪਰਟੀਜ਼ ਕੀਤੀਆਂ, ਕੰਪੀਟੀਟਿਵ, ਐਸੋਸੀਏਟਿਵ, ਐਗਜ਼ਿਸਟੈਂਸ ਆਫ ਆਈਡੈਂਟੀ ਅਤੇ ਐਗਜ਼ਿਸਟੈਂਸ ਆਫ ਇਨਵਰਸ। ਹੁਣ ਆਪਾਂ 3.2 ਦੇ ਇਹਦੇ ਨਾਲ ਰਿਲੇਟਿਡ ਕੁਐਸਚਨ ਕਰਾਂਗੇ, ਠੀਕ ਹੈ ਜੀ? ਹਾਂਜੀ, ਦੂਜੇ ਦਾ ਤੀਜਾ ਕੁਐਸਚਨ ਕਰਨ ਲੱਗੇ ਹੈ। ਹੁਣ ਆਹ ਕਿੰਨੇ ਬਾਏ ਕਿੰਨੇ ਮੈਟ੍ਰਿਕਸ ਆਰਡਰ? 3 ਬਾਏ 3, ਆਹ ਵੀ 3 ਬਾਏ 3, ਜਵਾਬ ਵੀ ਕਿੰਨਾ ਆਊਗਾ? 3 ਬਾਏ 3। ਅੱਛਾ, ਮਾਈਨਸ 1 'ਚ ਕੀ ਜੋੜਾਂਗੇ? 12, ਕਿੰਨਾ ਜਵਾਬ ਆਊਗਾ? 11। ਅਗਲੇ ਦਾ ਜਵਾਬ ਦੱਸੋ, 11। 4 'ਚ ਕੀ ਜੋੜਿਆ? 7। ਇੱਥੋਂ ਜੇ ਦੂਜਾ ਚੱਕਣਾ ਤਾਂ ਇੱਥੋਂ ਵੀ ਦੂਜਾ ਹੀ, ਇੱਥੋਂ ਆਹ ਜਵਾਬ ਕਹਿੰਦਾ ਅਗਲੇ ਦਾ, ਅਗਲੇ ਦਾ, ਅਗਲੇ ਦਾ, ਅਗਲੇ ਦਾ, ਅਗਲੇ ਦਾ, ਸਮਝ ਲੱਗ ਪੱਕੀ ਗੱਲ?